मुंडे नवे ने फॉलो करो इन्हों दब के है ना भी नवी वीडियो आनगियां इन्हों दी भी चलो पक्की दुकान कर ली ठंडे बेच लांगे ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਲੌਂਗੋਵਾਲ ਬੱਕਰਾ ਮੰਡੀ ਤੇ ਜੋ ਕਿ 13 ਤੇ 26 ਤਰੀਕ ਨੂੰ ਹਰ ਮਹੀਨੇ ਦੀ 13 ਤੇ 26 ਤਰੀਕ ਨੂੰ ਲਗਾਈ ਜਾਂਦੀ ਹੈ ਜੀ ਮੰਡੀ ਦੇ ਵਿੱਚ ਤੁਸੀਂ ਰੌਣਕ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਰਸ਼ ਆ ਅਤੇ ਬਾਹਰੋਂ ਵੀਰ ਵਪਾਰੀ ਨੇ ਜੋ ਮਾਲ ਖਰੀਦਣ ਲਈ ਉਹ ਵੀ ਆਏ ਨੇ ਮੰਡੀ ਦੇ ਵਿੱਚ ਰਸ਼ ਤੁਸੀਂ ਦੇਖ ਸਕਦੇ ਹੋ ਰੌਣਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਮੰਡੀ ਦੇ ਵਿੱਚ ਕੀ ਕੁਛ ਆਇਆ ਬਾਈ ਜੀ ਤੁਹਾਨੂੰ ਵੀਡੀਓ ਐਂਡ ਤੱਕ ਜੁੜੇ ਗਏ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਜੀ ਸੌਦੇ ਵੀ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਕਿ ਜਗਦੀਪ ਬਾਈ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਇਹਨਾਂ ਦੀ ਟ੍ਰੇਨਿੰਗ ਬੱਕਰੀ ਪਾਲਕ ਟ੍ਰੇਨਿੰਗ ਲਗਾਈ ਜਾਂਦੀ ਆ ਉਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਚਲੋ ਵੱਧਦੇ ਹਾਂ ਜੀ ਵੀਡੀਓ ਵੱਲ ਹਾਂਜੀ ਵੀਰ ਆਪਾਂ ਤੁਹਾਡੀ ਗੱਲਬਾਤ ਡਾਕਟਰ ਕਰਮਜੀਤ ਸਿੰਘ ਵੀਰ ਉਹਨਾਂ ਨਾਲ ਕਰਵਾ ਲੱਗੇ ਆ ਕੀ ਹਾਲ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਜੀ ਮੈਂ ਚੜ੍ਹਦੀ ਕਲਾ ਤੇ ਮੰਡੀ ਵੀਰੇ ਬਹੁਤ ਭਰੀ ਹੋਈ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੰਡੀ ਬਾਰੇ ਨਹੀਂ ਮੰਡੀ ਤਾਂ ਮੇਰੇ ਆਪਣੇ ਲੌਂਗੋਵਾਲ ਤਾਂ ਜਾਨੀ ਕਿ ਅੱਧ ਤੋਂ ਵੱਧ ਹੀ ਭਰਦੀਆਂ ਨੇ ਜਿਹੜੇ ਵੀ ਹੁੰਦੇ ਨੇ 26 ਔਰ 13 ਦੀ ਹਾਂਜੀ ਹਾਂਜੀ ਹਾਂ ਮੰਡੀ ਭਰਨ ਦੇ ਵਿੱਚ ਕੋਈ ਨਹੀਂ ਇੱਥੇ ਬਹੁਤ ਵਧੀਆ ਲੋਕ ਆਉਂਦੇ ਨੇ ਬਰੀਡ ਆਉਂਦੇ ਨੇ ਚੰਗੇ ਵਪਾਰੀ ਆਉਣ ਦਾ ਕਾਰਨ ਵੀ ਆ ਬਿਲਕੁਲ ਸਭ ਤੋਂ ਵੱਧ ਵਪਾਰੀ ਉਰੇ ਆਉਂਦੇ ਨੇ ਇਸ ਕਰਕੇ ਜਿਹੜੇ ਬਾਹਰਲੇ ਵਪਾਰੀ ਨੇ ਜਿਵੇਂ ਅੱਜ 8-10 ਵਪਾਰੀ ਬਾਹਰਲੇ ਆਏ ਹੋਏ ਨੇ ਠੀਕ ਹੈ ਜੀ ਜਿਹੜੇ ਜਾਨੀ ਕਿ ਕਾਫੀ ਮਾਤਰਾ 'ਚ ਮਾਲ ਖਰੀਦਦੇ ਨੇ ਇਸ ਕਰਕੇ ਮੰਡੀ ਜਾਨੀ ਕਿ ਬਹੁਤ ਜ਼ਿਆਦਾ ਭਰਦੀ ਆ ਤੇ ਸ਼ੁਰੂ ਤੋਂ ਹੀ ਜਦੋਂ ਦੇ ਜਾਨੀ ਕਿ ਮੰਡੀ ਸ਼ੁਰੂ ਹੋਇਆ ਉਦੋਂ ਤੋਂ ਹੀ ਮੰਡੀ 'ਚ ਮਾਲ ਇੰਨੇ ਆ ਤੇ ਬਾਈ ਜੀ ਮੈਂ ਮਤਲਬ ਜਿਹੜੇ ਬਾਹਰੋਂ ਪਾਰਟੀਆਂ ਆਉਂਦੀਆਂ ਉਹਨਾਂ ਰਹਿਣ ਦਾ ਕੋਈ ਖਾਸ ਹਾਂਜੀ ਹਾਂ ਰਹਿਣ ਦਾ ਸਾਡੇ ਕੋਲੇ ਹੈ ਪ੍ਰਬੰਧ ਜੀ ਅਗਰ ਕੋਈ ਬਾਹਰੋਂ ਆਉਂਦੇ ਤਾਂ ਸਾਨੂੰ ਫੋਨ ਕਰ ਦਿਓ ਪਹਿਲਾਂ ਅਸੀਂ ਉਹਨਾਂ ਦੇ ਰਹਿਣ ਦਾ ਖਾਣ ਦਾ ਸਾਰਾ ਪ੍ਰਬੰਧ ਹੈ ਸਾਡੇ ਕੋਲ ਅਸੀਂ ਉਹਨਾਂ ਜਿਵੇਂ ਮਾਲ ਰੱਖਣ ਦਾ ਜਿਹੜਾ ਆਪਣੇ ਟ੍ਰੇਨਿੰਗ ਵੀ ਹੈ ਬਾਈ ਉਹਦੇ ਬਾਰੇ ਹਾਂਜੀ ਹਾਂ ਵੀਰ ਜੀ ਆਪਾਂ ਜਾਨੀ ਕਿ ਤਕਰੀਬਨ ਹਰ ਮਹੀਨੇ ਵਾਂਗੂ ਟ੍ਰੇਨਿੰਗ ਦਿੰਦੇ ਹਾਂ ਜੀ ਬੱਕਰੀ ਪਾਲਕ ਵਾਲਿਆਂ ਨੂੰ ਇਹ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਆ ਟ੍ਰੇਨਿੰਗ ਤੋਂ ਬਿਨਾਂ ਅਗਰ ਕੋਈ ਪਾਲਦੇ ਨੇ ਤਾਂ ਆਪਣੀ ਹੈਗੀ ਹੁਣ 19 ਤੇ 20 ਤਰੀਕ ਦੀ ਟ੍ਰੇਨਿੰਗ ਆ ਮਾਰਚ ਦੀ ਜੀ 19 ਮਾਰਚ ਤੇ 20 ਮਾਰਚ ਨੂੰ ਜਿਹਦੇ ਵਿੱਚ ਜਾਨੀ ਕਿ ਖਾਣਾ ਪੀਣਾ ਰਹਿਣਾ ਸਾਰਾ ਕੁਝ ਆਪਣਾ ਹੈਗਾ ਜੀ ਪੂਰੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤਾਂ ਜਾਨੀ ਕਿ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਸਨੇ ਟ੍ਰੇਨ ਕੰਮ ਸ਼ੁਰੂ ਕਰਨਾ ਉਹ ਟ੍ਰੇਨਿੰਗ ਲਏ ਬਿਨਾਂ ਕੰਮ ਸ਼ੁਰੂ ਨਾ ਕਰੇ ਬਿਲਕੁਲ ਜੀ ਇਹ ਗੱਲ ਆਪਾਂ ਵੀਡੀਓ ਦੇ ਵਿੱਚ ਵੀ ਅਕਸਰ ਕਹਿੰਦੇ ਰਹਿੰਦੇ ਹਾਂ ਬਾਈ ਵੀ ਜਿਹਨੇ ਵੀ ਸਟਾਰਟ ਕਰਨਾ ਨਵਾਂ ਤੇ ਉਹ ਬਿਨਾਂ ਟ੍ਰੇਨਿੰਗ ਤੋਂ ਕੰਮ ਸਟਾਰਟ ਨਾ ਕਰੇ ਹਾਂ ਬਿਨਾਂ ਟ੍ਰੇਨਿੰਗ ਤੋਂ ਨਾ ਕਰੇ ਠੀਕ ਹੈ ਜੀ ਧੰਨਵਾਦ ਬਾਈ ਓਕੇ ਜੀ ਧੰਨਵਾਦ ਜੀ ਬਹੁਤ ਬਹੁਤ ਲਓ ਜੀ ਮੰਡੀ ਦੇ ਵਿੱਚ ਵੀਰ ਹੁਣੀ ਪਹੁੰਚੇ ਨੇ ਆਪਣੇ ਜਾਨਵਰ ਲੈ ਕੇ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਭਰਾ ਵਧੀਆ ਕਿਹੜਾ ਪਿੰਡ ਆ ਬਾਈ ਤੌਲਾ ਬਾਈ ਠੀਕ ਆ ਜੀ ਤੇ ਵੀਰ ਜਾਨਵਰ ਵੇਚਣ ਲਈ ਲੈ ਕੇ ਆਏ ਬਾਈ ਹਾਂ ਵੀਰੇ ਵੇਚ ਕੀ ਡਿਟੇਲ ਆ ਬਾਈ ਜਾਨਵਰ ਦੀ ਇਹ ਬਾਈ ਸੂਣ ਵਾਲੀ ਬੱਕਰੀ ਆ ਬਾਈ ਇਹਦੇ 10 ਦਿਨ ਰਹਿੰਦੇ ਆ ਬਾਕੀ ਠੀਕ ਆ ਜੀ 8 ਦਿਨ ਦਾ ਵੀਰੇ ਹਾਂ ਵੀ 8 ਦਿਨ ਦਾ ਕੀ ਹਾਈਟ ਹੋਊਗੀ ਬਾਈ ਇਹਦੀ ਇਹਦੀ ਹੋਊਗੀ ਬਾਈ 37 37 ਆ ਕਿੰਨੇ 10 ਦਿਨ ਰਹਿੰਦੇ ਆ 10 ਦਿਨ ਰਹਿੰਦੇ ਆ ਬਾਈ ਕਿੱਦਾਂ ਦੇ ਬੱਕਰੇ ਤੋਂ ਕ੍ਰਾਸ ਆ ਵੀਰੇ ਇਹ ਕਾਲੇ ਬੱਕਰੇ ਬਾਈ ਕਾਲੇ ਬੱਕਰੇ ਤੋਂ ਕ੍ਰਾਸ ਠੀਕ ਆ ਬਾਈ ਕਿੰਨੇ ਹੀ ਦੇਣੀ ਆ ਇਹ ਬਾਈ ਦਾ ਫਿਕਸ ਰੇਟ ਹੀ 17000 ਰੁਪਏ ਬਾਈ 17000 ਰੁਪਏ ਦੇਣ ਲੈਣੇ ਆ ਲੈਣੇ ਆ ਬਾਈ ਜਿਹੜਾ ਵੀਡੀਓ ਦੇਖ ਕੇ ਵੀਰ ਆਊ ਕੋਈ ਮਾਨਤਾਨ ਦਾ ਕਰ ਦੋਗੇ ਨਾ ਹਾਂ ਵੀਰੇ ਜ਼ਰੂਰ ਕਰ ਦਾਂਗੇ ਯਾਰ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਸੂਈਆਂ ਹੋਈਆਂ ਬੱਚੇ ਟੁੱਟੇ ਹੋਏ ਨਾਲ ਉਹਨੇ ਅੱਛਾ ਜੀ ਦੋਨੇ ਹੀ ਦੋਨਾਂ ਦੇ ਬਾਈ ਠੀਕ ਆ ਬਾਈ ਜੋੜੀ ਤੁਸੀਂ ਦੇਖ ਸਕਦੇ ਹੋ ਬਾਈ ਕੁਆਲਿਟੀ ਬੱਕਰੀਆਂ ਦੀ ਇਹ ਦੋਨਾਂ ਜੋੜੀ ਦਾ ਕੀ ਰੇਟ ਆ ਬਾਈ 18000 ਰੁਪਏ ਬਾਈ 18000 ਦੋਨਾਂ ਦਾ ਵੀ ਕਿ ਦੋਨਾਂ ਦੇ ਅੱਛਾ ਇਹ ਕਿੰਨੇ ਕਿੰਨੇ ਦੰਦ ਆ ਇਹ ਬਾਈ ਇੱਕ 6 ਆ ਇੱਕ 2 ਆ ਬਾਈ ਇੱਕ 6 ਦੰਦ ਇੱਕ 2 ਦੰਦ ਠੀਕ ਆ ਬਾਈ ਜੀ ਤੇ ਆਹ ਇਹ ਬੱਕਰਾ ਬਾਈ ਠੀਕ ਹੈ ਚਾਲੋਗੇ ਹਾਂਜੀ ਦੇਖ ਸਕਦੇ ਹੋ ਬਾਈ ਜੀ ਬੱਕਰਾ ਇਹ ਕਿੰਨੇ ਟਾਈਮ ਦਾ ਚੱਲੀ ਵੀ ਇਹ ਹੈਗਾ ਬਾਈ 3 ਕਿ ਮਹੀਨੇ ਦੇ ਬੱਚਾ ਇਹ 3 ਮਹੀਨੇ 3 ਮਹੀਨੇ ਬੱਚਾ ਹੋਊਗਾ ਠੀਕ ਹੈ ਜੀ ਹਾਂਜੀ ਹਰ ਇੱਕ ਮੰਡੀ ਤੇ ਆਉਣੇ ਬਾਈ ਹਾਂਜੀ ਹਰ ਇੱਕ ਮੰਡੀ ਤੇ ਆਉਣੇ ਲੈਣ ਦੇਣ ਲਈ ਮਾਲ ਮੂਲ ਹੁੰਦਾ ਆਪਣੇ ਕੋਲ ਹਾਂ ਮਾਲ ਲਓ ਵੀਰ ਮੰਡੀ ਦੇ ਵਿੱਚ ਬਰਬਰੇ ਵੀ ਪਹੁੰਚੇ ਆਪਾਂ ਵੀਰੋਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਠੀਕ ਠਾਕ ਜੀ ਕਿਹੜਾ ਪਿੰਡ ਆ ਬਾਈ ਦਾ ਪਿੰਡ ਮਾਨਸਾ ਜ਼ਿਲ੍ਹਾ ਜੀ ਪਿੰਡ ਘਰਾਂਗਣਾ ਮਾਨਸਾ ਜ਼ਿਲ੍ਹਾ ਤੇ ਕੀ ਡਿਟੇਲ ਆ ਬਾਈ ਇਹਨਾਂ ਦੀ ਡਿਟੇਲ ਬਹੁਤ ਵਧੀਆ ਜੀ ਬੱਚੇ 3-3 ਦਿੰਦੀਆਂ ਨੇ 2-2 ਦੇ ਕਿੰਨੇ ਦੰਦ ਆ ਬੱਕਰੀ ਇਹ 8 ਦੰਦ ਆ ਜੀ 8 ਦੰਦ ਆ ਜੀ ਹਾਂਜੀ ਠੀਕ ਆ ਜੀ ਤੇ ਉਹ ਬੱਚਾ ਹੀ ਇਹਦਾ ਨਾ ਨਾ ਇਹ ਬੱਚਾ ਅਲੱਗ ਆ ਜੀ ਅਲੱਗ ਆ ਹਾਂਜੀ ਠੀਕ ਹੈ ਕਿੰਨੇ ਪੈਸੇ ਮੰਗਦੇ ਬਾਈ ਇਹਨਾਂ ਦੇ ਇਹਦਾ 9000 ਰੁਪਏ ਮੰਗਦੇ ਡੱਬੀ ਬੱਕਰੀ ਆ ਜੀ ਡੱਬੀ ਦਾ ਜੀ ਹਾਂਜੀ ਉਹ ਉਹਦਾ ਬੱਚਾ ਜੀ ਉਹ ਵੀ ਅਲੱਗ ਆ ਅਲੱਗ ਅਲੱਗ ਰਹੇ ਜੀ ਅੱਛਾ ਅਲੱਗ ਅਲੱਗ ਹਾਂਜੀ ਠੀਕ ਹੈ ਬਾਈ ਬੱਚਾ ਕਿੰਨੇ ਟਾਈਮ ਦਾ ਵੀਰੇ ਬੱਚਾ 1.5 ਮਹੀਨੇ ਦਾ ਜੀ ਬੱਚਾ 1.5 ਮਹੀਨੇ ਦੇਖੋ ਬਾਈ ਤੁਸੀਂ ਕੁਆਲਿਟੀ ਬਰਬਰੀ ਦੀ
ਆ ਡੋੜ ਮਹੀਨੇ ਦਾ ਬੱਚਾ ਜੀ ਇਹਦਾ ਕੀ ਰੇਟ ਮੰਗਦੇ ਜੀ ਬੱਚੇ ਦਾ 7000 ਰੁਪਿਆ ਜੀ ਬੱਚੇ ਦਾ 7000 ਜੀ ਪਾਠਾ ਜੀ ਪਾਠਾ ਜੀ ਹਾਂਜੀ ਤੇ ਉਹ ਜੀ ਉਹ ਵੀ ਪਾਠਾ ਉਹ ਬੱਕਰੇ ਸੁਭਾਂਤ ਬੱਕਰੀ ਜੀ ਠੀਕ ਹੈ ਜੀ ਚਾਰ ਦੰਦਾ ਜੀ ਚਾਰ ਦੰਦਾ ਜੀ ਠੀਕ ਹੈ ਭਾਈ ਧੰਨਵਾਦ ਠੀਕ ਲਓ ਜੀ ਮੰਡੀ ਦੇ ਵਿੱਚ ਟੌਪ ਟੌਪ ਦੀਆਂ ਬੱਕਰੀਆਂ ਆਈਆਂ ਪੋ ਗੱਲਬਾਤ ਕਰਦੇ ਆ ਵੀਰ ਉਹਨਾਂ ਨਾਲ ਕਿੱਥੋਂ ਆਇਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਕਿਹੜਾ ਪਿੰਡ ਆ ਬਾਈ ਦਾ ਗੁਰੂ ਕਾ ਕੋਠਾ ਜੀ ਗੁਰੂ ਕਾ ਕੋਠਾ ਤੇ ਕਿੰਨੇ ਟਾਈਮ ਤੋਂ ਕੰਮ ਕਰਦੇ ਬਾਈ ਆਪਾਂ ਯਾਰ ਅਸੀਂ ਪਹਿਲਾਂ ਦਾ ਵਪਾਰ ਬੱਕਰਾ ਬੱਕਰਾ ਮਈਆਂ ਮੂਹੇ ਦਾ ਕਰਦੇ ਸੀਗੇ ਹੁਣ ਵੇਖੋ ਵੇਖ ਲੋਕ ਕਰੀ ਜਾਂਦੇ ਆ ਹੋਰ ਕੰਮ ਹੈ ਨਹੀਂਗਾ ਕੋਈ ਬਿਲਕੁਲ ਜੀ ਬਿਲਕੁਲ ਤੇ ਬਾਅਦ ਬੱਕਰੀਆਂ ਦਾ ਕੰਮ ਚੱਲਿਆ ਆ ਵੇਚਣ ਨੂੰ ਲੈ ਕੇ ਆ ਬਾਈ ਸਾਰੇ ਜਾਂ ਲਈਆਂ ਜੀ ਅੱਛਾ ਲਈਆਂ ਲਈਆਂ ਤੇ ਆ ਇਹਦੀ ਕੀ ਡਿਟੇਲ ਆ ਬੱਕਰੀ ਦੀ ਬੀਟਲ ਆ ਜੀ ਬੀਟਲ ਕਿੰਨੇ ਦੰਦ ਆ ਇਹ ਪੂਰੇ ਦੰਦ ਆ ਪੂਰੇ ਦੰਦ ਆ ਹਾਈਟ ਕਿੰਨੀ ਹੋਊਗੀ ਬਾਈ ਇਹਦੀ ਹੋਊਗੀ 40 ਹੋਊਗੀ ਬੱਕਰੀ ਬਾਈ ਤੁਸੀਂ ਦੇ ਸਕਦੇ ਹੋ ਟੌਪ ਕੁਆਲਿਟੀ ਦੇ ਕਿੰਨੇ ਦੀ ਖਰੀਦੀ ਹੈ ਬਾਈ ਇਹ ਖਰੀਦੀ 30000 ਦੀ ਵੀਰੇ 30000 ਦੀ ਮਗਰ ਬੱਚਾ ਬੱਚੇ ਨੇ ਗੱਬਣ ਹੈ ਅੱਛਾ ਗੱਬਣ ਹੈ ਠੀਕ ਹੈ ਬਾਈ ਬਾਈ ਉਹਨਾਂ ਨੇ 30000 ਦੀ ਖਰੀਦੀ ਹੈ ਤੂੰ ਦੱਸ ਪੁੱਤ ਹਾਂ ਉਹ ਬੱਕਰੀ ਨਾ ਬੱਕਰੀ ਵੀਰੋ ਨਾਲ ਗੱਲਬਾਤ ਕਰਦੇ ਆ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਮੇਲ ਆ ਜੀ ਤੇ ਖੀਰਾ ਹੈਗਾ ਜੀ ਇਹ ਵੀ ਖਰੀਦੇ ਆ ਬਾਈ ਹਾਂ ਇਹ ਵੀ ਖਰੀਦੇ ਜੈਡ ਬਲੈਕ ਹੈ ਜੀ ਜੈਡ ਬਲੈਕ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਜਾਨਵਰਾਂ ਦੀ ਸਾਰੇ ਹੀ ਲਗਭਗ ਵੀਰ ਦੇ ਕੋਲੇ ਜਾਨਵਰ ਵਧੀਆ ਨੇ ਲੈ ਹੋਰ ਕੱਢੀ ਬਾਈ ਜਾਨਵਰ ਉਹ ਬੱਕਰੀ ਵੀ ਖਾ ਜਾਂਦੀ ਇੱਕ ਆ ਵੀਰ ਕੋਲ ਜਾਨਵਰ ਇਹਦੀ ਖਾਸੀਅਤ ਤੁਹਾਨੂੰ ਦੱਸ ਦਿੰਦੇ ਜੀ ਹਾਂਜੀ ਇਹਦਾ ਨੱਕ ਗੁੰਡਾ ਹੈਗਾ ਜੀ ਠੀਕ ਹੈ ਜੀ ਤੇ ਸਿੰਘ ਵੀ ਥੱਲੇ ਨੂੰ ਆਈ ਤੇ ਕੰਨ ਵੀ ਲੰਮੇ ਥਣ ਵੀ ਸਹੀ ਇਹ ਕਿੰਨੇ ਟਾਈਮ ਦੀ ਹੈ ਬਾਈ ਇਹ ਹੈਗੀ 2 ਸਾਲਾਂ ਦੀ 2 ਸਾਲਾਂ ਦੀ 6 ਦੰਦ ਹੋ ਗਈ ਇਹ 6 ਦੰਦ ਹੋ ਗਈ 4 ਦੰਦ ਆ ਜੀ ਠੀਕ ਚੰਨ ਪਿਓਰ ਵੀ ਇਹ ਵੇਚਣੀ ਕਿ ਖਰੀਦੀ ਬਾਈ ਇਹ ਖਰੀਦੀ ਹੈ ਜੀ ਸਾਰੇ ਜਾਨਵਰ ਖਰੀਦੇ ਆ ਹਾਂਜੀ ਖਰੀਦੇ ਲੋ ਵੀ ਵੀਰ ਉਹਨਾਂ ਨੇ ਖਰੀਦਿਆ ਬਾਈ ਵੇਚਣ ਲਈ ਖਰੀਦਿਆ ਜਾਂ ਆਪਾਂ ਰੱਖਣਾ ਸ਼ੌਂਕ ਕਰਦੇ ਆ ਇਹ ਵੇਚਣ ਵਾਸਤੇ ਖਰੀਦਦੇ ਆ ਬਸ ਜੀ 500-400 ਰੁਪਏ ਨਾਲ ਦੇ ਦਿੰਨੇਗਾ ਜੀ ਠੀਕ ਹੈ ਬਾਈ ਜੀ ਬੱਕਰੀਆਂ ਤੁਸੀਂ ਬਾਈ ਸੇਖ ਸਕਦੇ ਆ ਇਹਦੀ ਕੀ ਡਿਟੇਲ ਆ ਬਾਈ ਇਹਨਾਂ ਦੀ ਇਹ ਪਾਠਾ ਜੀ ਠੀਕ ਹੈ ਜੀ ਇਹ ਖੱਸੀ ਬੱਕਰਾ ਜੀ ਇਹ ਕਿੰਨੇ ਦੇਣੇ ਆ ਬਾਈ ਇਹ ਲੈ ਨਹੀਂ ਅੱਛਾ ਇਹ ਵੀ ਲੈ ਨਹੀਂ ਵੇਚਣੇ ਕਿੰਨੇ ਦੇ ਇਹ 20 ਦੇ ਲਏ ਜੀ ਦੋਨੇ ਹਾਂਜੀ ਠੀਕ ਹੈ ਜੀ ਤੇ ਬਸ 1000-2000 ਨਫੇ ਨਾਲ ਦੇ ਦੇ ਲਓ ਬਾਈ ਜੀ ਜਾਨਵਰ ਬਾਈ ਹੁਣਾਂ ਦੇ ਸਾਰੇ ਚੰਗੇ ਆ 20000 ਦੇ ਲਏ 1000-2000 ਦੇ ਨਫੇ ਨਾਲ ਬਾਈ ਹੁਣੀ ਦੇ ਦਿੰਦੇ ਆ ਤੇ ਬਹੁਤ ਵਧੀਆ ਜਾਨਵਰ ਆ ਸਾਰੇ ਲਗਭਗ ਵੀਰ ਹੁਣਾਂ ਕੋਲੇ ਤੇ ਨੰਬਰ ਗੁਰੂ ਕੇ ਕੋਠੇ ਤੋਂ ਆਏ ਨੇ ਵੀਰ ਹੁਣੀ ਠੀਕ ਹੈ ਬਾਈ ਧੰਨਵਾਦ ਲਓ ਜੀ ਵੀਰ ਆਪਾਂ ਲੌਂਗੋਵਾਲ ਮੰਡੀ ਦੇ ਉੱਪਰ ਮਲੇ ਕੋਲੇ ਤੋਂ ਵੀਰ ਹੁਣੀ ਪਹੁੰਚੇ ਆ ਤੇ ਆਪਾਂ ਗੱਲਬਾਤ ਕਰਦੇ ਕੀ ਹਾਲ ਆ ਬਾਈ ਜੀ ਵਧੀਆ ਜੀ ਤੁਸੀਂ ਠੀਕ ਠਾਕ ਹੋ ਹਾਂ ਕਿੰਨੇ ਨਾਗ ਲਿਆਏ ਬਾਈ ਫਿਰ ਆਪਾਂ ਲਿਆਏ 7 ਨਾਗ ਲੈ ਕੇ ਆਏ ਸੀ ਵੇਚਤੇ ਕੁਛ ਕਿ ਨਹੀਂ ਇਹ 2 ਵੇਚਤੇ ਨਹੀਂ ਬਾਕੀ ਆਪਾਂ ਲੈਨੇ ਹੁੰਨੇ ਆ ਨਾਗ ਖਾਸੇ 20-25 ਲੈ ਕੇ ਜਾਂਦੇ ਹੁੰਨੇ ਆ ਠੀਕ ਆ ਹਾਂ ਤੇ ਲੈਤੇ ਬਾਈ ਉਹਨਾਂ ਦਾ ਸੇਲ ਪਰਚੇਜ ਦਾ ਕੰਮ ਆ ਮਲੇ ਕੋਲਾ ਪਿੰਡ ਤੇ ਕੀ ਡਿਟੇਲ ਆ ਬਾਈ ਬੱਕਰੇ ਦੀ ਬੱਕਰੇ ਦੇ ਬਾਈ ਇਹ ਦੋਨੇ ਹੀ ਲਿਆਂਦੇ ਨੇ ਜੀ ਲੈ ਆ ਨਾ ਇਹ ਵਿੱਚ ਵੇਚਣ ਨੂੰ ਲਿਆਂਦੇ ਨੇ ਕੱਢੀ ਹੋਰੇ ਨੂੰ ਕਿਹੜਾ ਹਾਂ ਹਾਂ ਤੇ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ 6 ਦੰਦ ਬੱਕਰਾ ਦੇ ਇਹ ਵੱਡਾ 42 ਤੇ 43 ਚਾਹੀ ਡਾਈ ਠੀਕ ਆ ਬਾਈ ਤੇ ਕਿੰਨੇ ਦਾ ਦੇਣਾ ਬਾਈ ਇਹ ਜੋੜੀ ਵੇਚਣੀ ਆ ਆਪਾਂ ਨੇ ਦੋਨੇ ਜੋੜੀ ਉਹ ਕਿੰਨੇ ਦੰਦ ਆ ਪ੍ਰਧਾਨ ਉਹ 6 ਦੰਦ ਉਹ ਵੀ ਉਹ ਵੀ 6 ਦੰਦ ਹਾਂ ਕਿੰਨੇ ਦੇਣੀ ਆ ਜੋੜੀ ਇਹ ਜੋੜੀ ਆਪਾਂ ਵੇਚਣੀ 50000 ਦੀ ਦੋਨੇ ਹਾਂ ਲੈਣ ਦੇਣ ਲੈਣ ਦੇਣ ਦੇ ਦਾਂਗੇ ਜੀ ਆਪਾਂ 45000 ਦੀ ਜੋੜੀ ਦੇ ਦਾਂਗੇ ਠੀਕ ਹੈ ਪੱਠਾ ਪੁੱਠਾ ਵੀ ਹੁੰਦੇ ਆਪਣੇ ਕੋਲ ਪੱਠਾ ਵੀ ਹੁੰਦੇ ਆ ਬੱਕਰੇ ਸਾਰੇ ਵਧੀਆ ਹੁੰਦੇ ਨੇ ਆਪਣੇ ਕੋਲ ਸਾਰੇ ਨਾਗ ਲੈਣੇ ਆ ਖਰੀਦਦੇ ਵੇਚਦੇ ਆ ਆਪਾਂ ਘੱਟੋ ਘੱਟ ਨਾ ਮੰਡੀ ਤੋਂ ਠੀਕ ਹੈ 20-25 ਨਾਗ ਲੈ ਕੇ ਜਾਂਦੇ ਆ ਡੇਲੀ ਦੀ ਠੀਕ ਹੈ ਵੇਚ ਵੀ ਦਿੰਦੇ ਹਰ ਇੱਕ ਮੰਡੀ ਜਾਂਦੇ ਆਪਾਂ ਜਿਹੜੀ ਮੰਡੀ ਹੋਵੇ ਰਿਕ ਮੰਡੀ ਦੇਖਦੇ ਆਪਾਂ ਠੀਕ ਹੈ ਬਾਈ ਹਾਂ 20-22 ਨਾਲ ਖਰੀਦਦੇ ਆ 25 ਨਾਲ ਖਰੀਦਦੇ ਆ ਇਹ ਤੋਂ ਘੱਟ ਆਪਾਂ ਖਰੀਦਦੇ ਆ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਅੱਜ ਪਹੁੰਚੇ ਆਪਾਂ ਲੌਂਗੋਵਾਲ ਮੰਡੀ ਤੇ ਇੱਥੇ ਐਲਤੀ ਲਾਣਾ ਦੀ ਟੀਮ ਵੀ ਪਹੁੰਚੀ ਹੋਈ ਆ ਤੇ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਚਾਲ ਆ ਵੀਰ ਹਾਲ ਬਾਈ ਪਹਿਲਾਂ ਵਰ ਗਈ ਆ ਪਹਿਲਾਂ ਵਰ ਗਈ ਆ ਯਾਰ ਇਹਨੇ ਪੂਰੇ ਘੈਂਟ ਘੈਂਟ ਸਿਰਾ ਲੱਗਿਆ ਤੇ ਵੀਰ ਕੱਢ ਗਿਆ ਦੇ ਹਾਲ ਤਾਂ ਟੱਡੀ ਅੰਧਕਾਰ ਲਿਆ ਵੀਰ ਉਹਨਾਂ ਦਾ ਚੈਨਲ ਆ ਐਲਤੀ ਲਾਣਾ ਤੇ ਐਲਤਾ ਕਰਦੇ ਰਹਿੰਦੇ ਆ ਇਹਨਾਂ ਦਾ ਸੁਭਾਅ ਹੀ ਆ ਠੀਕ ਆ ਜੀ ਤੇ ਕੀ ਕਹਿਣਾ ਚਾਹੁੰਦੇ ਬਾਈ ਜੀ ਕਹਿਣਾ ਤਾਂ ਇਹ ਜਾਨਾ ਵੀ ਤੁਸੀਂ ਮਿਲਣ ਨੂੰ ਆ ਜਾ ਕਰੋ ਸਾਨੂੰ ਤੁਸੀਂ ਦੂਰ ਬੈਠੇ ਰਹਿਣੋਗੇ ਅਸੀਂ ਤਾਂ ਆ ਜਾ ਕਰਾਂਗੇ ਆ ਜਾ ਕਰੋ ਇੱਥੇ ਵੀਡੀਓ ਬਣਾ ਆਇਆ ਕਰੋ ਠੀਕ ਹੈ ਜੀ ਨਾਲੇ ਸਾਡੇ ਵਰਗੇ ਚੈਨਲ ਬਾਬਤ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਹੜੇ ਵੀ ਚੈਨਲ ਬਾਬਤ ਹੀ ਕਹਿੰਦੇ ਆ ਮੁੰਡੇ ਨਵੇਂ ਨੇ ਫੋਲੋ ਕਰੋ ਇਹਨਾਂ ਨੂੰ ਦੱਬ ਕੇ ਤੇ ਹਨਾ ਵੀ ਨਵੀਆਂ ਵੀਡੀਓ ਆਉਣਗੀਆਂ ਇਹਨਾਂ ਦੀਆਂ ਵੀ ਚਲੋ ਆਪਾਂ ਨਵੇਂ ਬੰਦੇ ਨੂੰ ਪ੍ਰਮੋਟ ਕਰ ਦਿਓ ਇਹਨਾਂ ਦਾ ਫੇਰ ਦੀ ਲੱਖ ਕਰ ਦਿਓ ਫਿਰ ਆਪਾਂ ਇਹਨਾਂ ਤੋਂ ਬਿਨਾ ਖੁੱਲੀ ਪਾਰਟੀ ਲਵਾਂਗੇ ਪਾਰਟੀ ਲੈ ਲਾਂਗੇ ਬਾਈ ਧੰਨਵਾਦ ਹਾਂ ਵੀ ਫੋਲੋ ਕਰੋ ਇਹਨਾਂ ਨੂੰ ਵੀਰ ਉਹਨਾਂ ਦਾ ਐਲਤੀ ਲਾਣਾ ਟੀਵੀ ਚੈਨਲ ਆ ਮੈਂ ਉਹਦੇ ਬਾਰੇ ਕਹਿ ਰਿਹਾ ਵੀਰੇ ਉਹਦੇ ਬਾਰੇ ਦੱਸੋ ਵੀ ਜਿਹੜੇ ਆਪਣੇ ਵੀਰ ਐਡ ਕਰਵਾਉਣਾ ਚਾਹੁੰਦੇ ਆ ਕਿਸ ਕਿਸ ਚੀਜ਼ ਦੀ ਐਡ ਕਰ ਦੋਗੇ ਕਿਹੜੀ ਕਿਹੜੀ ਮਤਲਬ
ਸਾਰਾ ਉਹ ਦੱਸੋ ਆ ਲਈ ਕਿਹੜੀ ਮਰਜ਼ੀ ਆ ਜੀ ਆ ਲਈ ਡਿਟੇਲ ਦੇ ਵਿੱਚ ਦੱਸ ਆ ਜੀ ਮਰਜ਼ੀ ਆ ਜੀ ਵਪਾਰ ਹੋਰ ਦਾ ਜਿਹੜਾ ਮਰਜ਼ੀ ਕੰਮ ਹੋਵੇ ਹੈ ਨਾ ਮੁਰਗੇ ਵੇਚਣ ਤੋਂ ਲੈ ਕੇ ਬੱਕਰੀਆਂ ਮੱਝਾਂ ਗਾਵਾਂ ਝੋਟੇ ਟੱਠੇ ਘਰ ਰੋੜੀ ਰੱਪਾ ਟੈਲ ਵਿਆਹ ਕਰਾਉਣਾ ਕਿਸੇ ਨੇ ਵਿਆਹ ਕਰਾਉਣਾ ਉਹ ਵੀ ਆ ਜਾਓ ਵੀ ਐਡ ਪਾ ਦਾਂਗੇ ਵਿਆਹ ਵੀ ਐਡ ਕਰਾ ਦਾਂਗੇ ਕਹਿੰਦੇ ਆ ਮੁੰਡੇ ਵਾਸਤੇ ਕੁੜੀ ਪਾਲ ਦਾਂਗੇ ਕੁੜੀ ਵਾਸਤੇ ਮੁੰਡਾ ਪਾਲ ਦਾਂਗੇ ਸਭ ਕੁਝ ਕਰਾ ਦਿੰਨੇ ਆ ਸਭ ਕੁਝ ਕਰਾਵਾਂਗੇ ਠੀਕ ਆ ਆ ਉਰਾ ਉਰਾ ਉਰੇ ਆ ਜਾ ਇਹ ਪਰਮਜੀਤ ਆ ਇਹ ਪਰਮਜੀਤ ਆਗਾ ਇਹ ਵੀ ਸਾਡਾ ਆੜੀ ਆਗਾ ਕਿਵੇਂ ਆ ਗੋਗਲੀ ਗੋਗਲੀ ਆ ਇਹ ਕਿਵੇਂ ਆ ਠੀਕ ਆ ਜੀ ਅੱਛਾ ਕੰਮ ਕਿਹੜੇ ਕਿਹੜੇ ਕਰਦਾ ਕੰਮ ਜੀ ਆਂਡੇ ਵੀ ਵੇਚਦੇ ਨੇ ਆ ਜੀ ਹਾਂਜੀ ਪਹਿਲਾਂ ਆਂਡੇ ਰੇਰੀ ਤੇ ਲਾਉਂਦੇ ਹੁੰਦੇ ਸੀ ਹੁਣ ਦੁਕਾਨ ਕਰ ਲਈ ਹੁਣ ਆਪਾਂ ਪੱਕੀ ਦੁਕਾਨ ਕਰ ਲਈ ਅੱਛਾ ਹਾਂਜੀ ਹੁਣ ਆਂਡੇ ਸੀਜ਼ਨ ਤਾਂ ਲੰਘ ਗਿਆ ਹੋਊਗਾ ਗਰਮੀਆਂ ਕੀ ਆਪਾਂ ਠੰਡੇ ਵੇਚ ਲਾਂਗੇ ਅੱਛਾ ਠੰਡੇ ਪੂਜੀ ਆ ਠੰਡੇ ਵੇਚਦਾ ਇਹ ਹੁੰਦਾ ਜੀ ਕੋਕੋ ਕੋੜਾ ਹੁੰਦਾ ਹੈ ਫੈਂਟਾ ਹੁੰਦਾ ਹੈ ਹਰੇ ਰੰਗ ਦਾ ਪੱਤਾ ਹੁੰਦਾ ਜੀ ਫਰੂਟ ਹਾਂ ਫਰੂਟੀਆਂ ਵੀ ਹੁੰਦੀਆਂ ਨੇ ਜੀ ਹਾਂਜੀ ਆ ਬੱਚਿਆਂ ਦੀਆਂ ਟੋਪੀਆਂ ਟੂਪੀਆਂ ਨਹੀਂ ਇਹਦੀ ਦੁਕਾਨ ਕਿੱਥੇ ਦੁਕਾਨ ਦੱਸੀ ਭੈਣੀ ਫੱਤਾ ਜੀ ਪੱਕ ਹਾਂਜੀ ਪਤਾ ਕਿਉਂ ਵਿੱਚ ਲਿਆਗਾ ਪਤਾ ਕਾਹਲੇ ਕਿਉਂ ਲਿਆ ਵਿੱਚ ਹੀਰਾ ਬੰਦਾ ਇਹ ਹੀਰਾ ਬੰਦਾ ਇਹਦੇ ਗੱਲਾਂ ਬਾਤਾਂ ਹੀ ਵਾਲੇ ਘੈਂਟ ਨੇ ਦਿਲ ਦਾ ਸੱਚਾ ਸੁੱਚਾ ਗਾ ਪਾਰਾ ਜ਼ਰੂਰ ਹੋ ਗਿਆ ਆਂਡੇ ਖਾ ਖਾ ਕੇ ਪਾਰਾ ਹੋ ਗਿਆ ਇਹਨੂੰ ਇੰਨੀ ਕੁ ਹਿੰਮਤ ਹੋ ਗਈ ਮਤਲਬ ਕਿ ਮੰਨੀਏ ਵੀ ਆਪਦੇ ਤੇ ਇੰਨਾ ਕੁ ਵਿਸ਼ਵਾਸ ਹੋ ਗਿਆ ਵੀ ਮੈਂ ਆ ਕੁਛ ਕਰ ਸਕਦਾ ਗਾ ਠੀਕ ਆ ਪਾਰਾ ਵੀ ਹੋ ਗਿਆ ਪਹਿਲਾਂ ਨਾਲੋਂ ਵੀ ਕੰਮ ਦੇ ਹੌਸਲੇ ਨਾਲ ਭੱਜਿਆ ਫਿਰਦਾ ਗਾ ਨਾ ਬਾਹਰੋਂ ਪੈਸੇ ਆਏ ਤੇ ਬਾਈ ਨੂੰ ਕੈਨੇਡਾ ਤੋਂ ਅੱਛਾ 10,000 ਰੁਪਇਆ ਅਮਰੀਕਾ ਤੋਂ ਆਇਆ ਸੀ ਅਮਰੀਕਾ ਤੋਂ ਆਇਆ ਸੀਗਾ ਆਏ ਸੀ ਆਇਆ ਬਾਹਰ ਸੀ ਨਾ ਆਏ ਸੀ ਕੀ ਕਰਿਆ ਉਹਦਾ ਫਿਰ ਉਹਦੀ ਆਪਾਂ ਦੁਕਾਨ ਕਰ ਲਈ ਜੀ ਦੁਕਾਨ ਕਰ ਲਈ ਲੈ ਬਈ ਧੰਨਵਾਦ ਆ ਨਾ ਬਾਈ ਦੇ ਦੁਕਾਨ ਕਰਾ ਦੀ ਦੇਖੋ ਵਧੀਆ ਕੰਮ ਲਾਇਆ ਪੈਸੇ ਵੀ ਇੱਕ ਤਾਂ ਹੁੰਦਾ ਵੀ ਪੈਸੇ ਲੈ ਕੇ ਘਰ ਪਾ ਲਿਆ ਘਰ ਨਹੀਂ ਪਾਉਣਾ ਚਾਹੀਦਾ ਪੈਸੇ ਲੈ ਕੇ ਹੈ ਨਾ ਜਾਂ ਕੋਈ ਚੀਜ਼ ਖਰੀਦ ਲਿਆ ਨਹੀਂ ਇਹਨੇ ਕੰਮ ਤੇ ਲਾਤੇ ਹੁਣ ਉਹ ਤਾਂ ਪੈਸੇ ਕਮਾਉਂਦਾ ਹੋ ਗਿਆ ਨਾ 10,000 ਪੈਸੇ ਕਮਾਉਂਦੇ ਹੋ ਗਏ ਵੀ ਉਹ ਚ ਆਪਾਂ ਪੈਸੇ ਅੱਗੇ ਆਉਂਦੇ ਰਹਿਣਗੇ 2,000-3,000 ਰੁਪਇਆ ਲਾ ਲਓ 4,000 ਆਊਗਾ ਮਹੀਨੇ ਦਾ ਬਿਲਕੁਲ ਜੀ ਬਿਲਕੁਲ ਠੀਕ ਆ ਨਾ ਐਂ ਦੁਕਾਨ ਕਰ ਲਈ ਹੁਣ ਇਹਦਾ ਕੰਮ ਕਿਵੇਂ ਚੱਲਦਾ ਕੰਮ ਵਧੀਆ ਜੀ ਅੱਛਾ ਦਿਹਾੜੀ ਪੈ ਜਾਂਦੀ ਆ ਹਾਂਜੀ ਪੈ ਜਾਂਦੀ ਆ ਜੀ ਅੱਛਾ ਦਿਹਾੜੀ ਪੈ ਜਾਂਦੀ ਆ ਹੁਣ ਆਪਾਂ ਨੂੰ ਪਹਿਲਾਂ ਜੀ 200 ਬਚਦਾ ਸੀ ਜੀ ਹੁਣ ਆਪਾਂ ਨੂੰ 450 ਰੁਪਏ ਬਚ ਜਾਂਦਾ ਸੀ ਬਚ ਜਾਂਦਾ 450-500 ਦਿਹਾੜੀ ਪੈ ਜਾਂਦੀ ਪੈ ਜਾਂਦੀ ਖਰਚਾ ਕੱਢ ਕੇ ਹਾਂਜੀ ਖਰਚਾ ਕੱਢ ਕੇ ਜੀ ਅੱਛਾ ਲੋਕ ਪੈਸੇ ਤਾਂ ਨਹੀਂ ਦੱਬਦੇ ਹੈਗੇ ਨਾ ਜੀ ਦੱਬਦੇ ਜੀ ਆਪ ਹੀ ਦੇ ਜਾਂਦੇ ਨੇ ਉਧਾਰ ਵੀ ਕਰ ਲੈਂਦੇ ਨੇ ਹਾਂ ਉਧਾਰ ਵੀ ਕਰ ਲੈਂਦੇ ਆਪਾਂ ਉਹ ਤਾਂ ਬੰਦੇ ਚੰਗੇ ਬੰਦੇ ਨਾਲ ਹੀ ਕਰਦੇ ਆ ਆਪਾਂ ਮਾਰੇ ਬੰਦੇ ਨਾਲ ਆਪਾਂ ਕਰਦੇ ਨਹੀਂ ਬੜੇ ਬੰਦੇ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਹੈ ਹਾਂ ਜੀ ਹੈ ਰੱਬ ਆਪ ਹੀ ਜਾਊਗਾ ਲੇਖਾ ਦੇਣਾ ਇਹ ਤਾਂ ਗੱਲ ਹੈਗੀ ਸਹੀ ਗੱਲ ਕੀ ਕਹਿਣਾ ਚਾਹੁੰਦਾ ਮੰਡੀ ਤੇ ਆਉਣ ਵਾਸਤੇ ਮੰਡੀ ਚ ਆਉਣ ਵਾਸਤੇ ਜੀ ਵਧੀਆ ਜੀ ਬੱਕਰੀਆਂ ਤੇ ਪਹੁੰਚਿਆ ਜੀ ਆਪਾਂ ਹੋ ਵੀ ਸਾਰੀ ਸੰਗਤ ਇੱਥੇ ਪਹੁੰਚੀ ਆ ਜੀ ਕੀ ਲੈ ਕੇ ਆਇਆ ਅੱਜ ਆਪਾਂ ਬੱਕਰੀ ਲੈ ਕੇ ਆਏ ਜੀ ਵੇਚੀ ਨੇ ਕੀ ਲੈ ਇੱਕ ਸੱਜਲ ਬੱਕਰੀ ਆ ਜੀ ਇੱਕ ਪੱਠ ਆ ਜੀ ਆ ਜਿਹੜਾ ਬੰਦਾ ਨਾ ਵੀਡੀਓ ਬਣਾਈ ਜਾਂਦਾਗਾ ਹਾਂ ਜੀ ਇਹਨੂੰ ਜਾਣਦਾ ਇਹਨੂੰ ਇਹਨੂੰ ਮੈਂ ਦੇਖਿਆ ਲੱਗਦਾ ਹਾਂ ਦੇਖਿਆ ਲੱਗਦਾ ਇਹਦਾ ਨਾਮ ਕਾਲਾ ਗਾ ਕਾਲਾ ਜੀ ਇਹ ਬਾਬਾ ਖਾਨ ਦਾ ਮੁੰਡਾ ਠੀਕ ਆ ਜੀ ਠੀਕ ਆ ਬੰਦਾ ਘੈਂਟ ਕਿਵੇਂ ਲੱਗਿਆ ਤੈਨੂੰ ਦੇਖਣ ਦੇਖ ਕੇ ਇਹ ਵਧੀਆ ਲੱਗਿਆ ਜੀ ਇਹਦਾ ਕੰਮ ਵਧੀਆ ਚੱਲੇ ਜੀ ਵੀਡੀਓ ਬਣਾ ਕਰੇ ਵਧੀਆ ਕਹਿੰਦੇ ਭਾਈ ਨੂੰ ਕਹਿੰਦੇ ਵੀਡੀਓ ਮੇਰੀ ਦੇਖਿਆ ਕਰੋ ਵੀ ਮੇਰੀ ਵੀ ਵੀਡੀਓ ਆਇਆ ਕਰੂ ਹਾਂਜੀ ਕਹਿੰਦੇ ਮੇਰੀ ਵੀਡੀਓ ਵੀ ਦੇਖਿਆ ਕਰੋ ਜੀ ਇਹਦੀ ਵੀ ਵੀਡੀਓ ਦੇਖਿਆ ਕਰੋ ਜੀ ਇਹਨੂੰ ਦੱਬ ਕੇ ਚਲਾ ਦੋ ਕੰਮ ਇਹਦਾ ਇਹਦਾ ਵੀ ਕੰਮ ਦੱਬ ਕੇ ਫੁੱਲ ਚਲਾਓ ਜੀ ਲੈ ਵੀ ਇੰਨਾ ਘੈਂਟ ਬੰਦਾ ਕਿਉਂ ਕਿਵੇਂ ਲੱਗਿਆ ਬੰਦਾ ਦਿਲਦਾਰ ਆ ਨਾ ਘੈਂਟ ਗੱਲਬਾਤ ਘੈਂਟ ਗੱਲਬਾਤ ਠੀਕ ਆ ਪਰਮਜੀਤ ਹੈ ਠੀਕ ਆ ਜੀ ਵੇਚ ਬੱਕਰੀ ਤੇ ਖਰੀਦ ਲੈ ਭਾਈ।